ਪਿਊ ਮਿਰਰ ਨੂੰ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਆਨੰਦਪ੍ਰੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਅਸੀਂ ਪਹੁੰਚੇ ਹਾਂ ਜੀ GGD ST ਕਾਲਜ ਦੇ ਵਿੱਚ, ਜਿੱਥੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ SDCU ਪਾਰਟੀ ਤੋਂ ਰਾਜਕਰਨ ਜੀ। ਸੋ ਰਾਜਕਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਰਾਜਕਰਨ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਤੁਹਾਨੂੰ ਤੁਹਾਡੀ ਪਾਰਟੀ SDCU ਵੱਲੋਂ ਇਸ ਸਾਲ ਪ੍ਰੈਜ਼ੀਡੈਂਟ ਕੈਂਡੀਡੇਟ ਅਨਾਊਂਸ ਕਰ ਦਿੱਤਾ ਗਿਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਦੇਖੋ, ਜਦੋਂ ਮੈਂ ਕਾਲਜ ਫਸਟ ਈਅਰ 'ਚ ਆਇਆ ਸੀ, ਜਾਂ ਮੈਂ ਫਸਟ ਈਅਰ ਤੋਂ SDCU ਲਈ ਕੰਮ ਕਰਦਾ ਆ ਰਿਹਾ, ਅਤੇ ਮੇਰੇ ਕੰਮ ਨੂੰ ਦੇਖਦੇ ਹੋਏ, ਜੇ ਪਿਛਲੀ ਵਾਰ ਵੀ ਜਿੱਦਾਂ ਅਸੀਂ ਜਿੱਥੇ ਮੈਂ ਕਾਫੀ ਕੰਮ ਕੀਤਾ, ਸੋ ਮੇਰੇ ਕੰਮ ਨੂੰ ਦੇਖਦੇ ਹੋਏ ਮੇਰੇ ਸੀਨੀਅਰ ਲੀਡਰ ਨੇ ਮੇਰੇ 'ਤੇ ਵਿਸ਼ਵਾਸ ਦਿਖਾਇਆ, ਅਤੇ ਮੈਨੂੰ ਇਸ ਸਾਲ ਦਾ ਪ੍ਰੈਜ਼ੀਡੈਂਟ ਕੈਂਡੀਡੇਟ ਅਨਾਊਂਸ ਕੀਤਾ ਉਹਨਾਂ ਨੇ। ਅਤੇ ਦੇਖਿਆ ਜਾਂਦਾ ਰਾਜਕਰਨ ਜੀ ਕਿ SDCU ਪਾਰਟੀ ਪਿਛਲੇ ਵਾਰੀ ਸਟੂਡੈਂਟ ਨਾਲ ਮੈਨੀਫੈਸਟੋ ਦੇ ਵਿੱਚ ਬਹੁਤ ਤਰ੍ਹਾਂ ਦੇ ਵਾਅਦੇ ਕਰਕੇ ਇੱਥੇ ਆਈ ਆ, ਕੀ ਉਹ ਕਿਹੜੇ ਵਾਅਦੇ ਆ ਜਿਹੜੇ ਤੁਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਕਰਨ ਵਿੱਚ ਕਾਮਯਾਬ ਹੋਏ ਹੋ, ਜਾਂ ਕੋਈ ਵਾਅਦੇ ਅਜੇ ਰਹਿੰਦੇ ਆ ਜਿਨ੍ਹਾਂ ਨੂੰ ਤੁਸੀਂ ਅਜੇ ਪੂਰਾ ਕਰਨਾ ਚਾਹੋਗੇ? ਨਹੀਂ, ਆਲਮੋਸਟ ਪਿਛਲੀ ਵਾਰੀ ਸਾਡੇ ਮੈਨੀਫੈਸਟੋ 9 ਪੁਆਇੰਟ ਸੀਗੇ, ਅਤੇ ਮਤਲਬ ਆਲਮੋਸਟ ਸਾਰੇ ਪੁਆਇੰਟ ਸਾਡੇ ਪੂਰੇ ਆ, ਜਿੱਦਾਂ ਤੁਸੀਂ ਰੈਨੋਵੇਸ਼ਨ ਆਫ ਸ਼ੈੱਡ ਨੂੰ ਲੈ ਕੇ ਕਹਿ ਲਓ, ਅਤੇ ਸਜੈਸ਼ਨ ਬਾਕਸਿਸ ਨੂੰ ਲੈ ਕੇ ਕਹਿ ਲਓ, ਜੋਬ ਫੈਸਟ ਵਗੈਰਾ ਨੂੰ ਲੈ ਕੇ ਕਹਿ ਲਓ, ਅਤੇ ਹੋਰ ਬਾਕੀ ਛੋਟੇ ਛੋਟੇ ਕਾਫੀ ਕੰਮ ਹੈ ਜਿਹੜੇ ਸਾਡੇ ਮੈਨੀਫੈਸਟੋ ਸੀਗੇ, ਉਹ ਸਾਰੇ ਆਲਮੋਸਟ ਸਾਡੇ ਪੂਰੇ ਹੈ, ਕਿ ਬਸ ਇੱਕ BSC ਦੀ ਬ੍ਰੇਕ ਦਾ ਥੋੜ੍ਹਾ ਜਿਹਾ ਇਸ਼ੂ ਸੀਗਾ ਕਿ ਉਹ ਅਸੀਂ ਪੂਰੀ ਤਰ੍ਹਾਂ ਨਹੀਂ ਕਰ ਪਏ ਹੈਗੇ, ਬਾਕੀ ਤਾਂ ਤੁਸੀਂ ਸਾਡਾ ਮੈਨੀਫੈਸਟੋ 'ਚ ਚੈੱਕ ਕਰ ਸਕਦੇ ਹੋ, ਆਲਮੋਸਟ ਸਾਰੇ ਸਾਡੇ ਪ੍ਰੋਮਿਸਿਸ ਪੂਰੇ ਹੈ। 9 ਪੁਆਇੰਟ ਸੀਗੇ, ਤਾਂ ਮਤਲਬ 8 ਪੁਆਇੰਟ ਸਾਡੇ ਉਹਨਾਂ 'ਚ ਪੂਰੇ। ਇੱਕ BSC ਦੀ ਬ੍ਰੇਕ ਦਾ ਥੋੜ੍ਹਾ ਜਿਹਾ ਇਸ਼ੂ ਹੋ ਗਿਆ, ਇਸ ਵਾਰ ਅਸੀਂ ਪਿਛਲੀ ਵਾਰ ਚਲੋ ਨਹੀਂ ਕਰ ਪਾਏ, ਇਸ ਵਾਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਰਾ ਪੁਆਇੰਟ ਪੂਰੇ ਕਰ ਪਾਈਏ। ਅਤੇ ਰਾਜਕਰਨ ਜੀ, ਜਿੱਦਾਂ ਅਸੀਂ ਦੇਖਿਆ ਜਾਂਦਾ ਵੀ ਕੁੜੀਆਂ ਵੀ ਪੋਲੀਟਿਕਸ ਦੇ ਵਿੱਚ ਅੱਗੇ ਆਉਣਾ ਚਾਹੁੰਦੀਆਂ ਨੇ, ਅਤੇ ਜਿੱਦਾਂ ਆਪਣਾ ਹਰ ਇੱਕ ਪਾਰਟੀ ਵੱਲੋਂ ਮੁੰਡਿਆਂ ਨੂੰ ਹੀ ਪ੍ਰੈਜ਼ੀਡੈਂਟ ਕੈਂਡੀਡੇਟ ਅਨਾਊਂਸ ਕੀਤਾ ਜਾਂਦਾ ਹੈ, ਤੁਹਾਡੇ ਇਹਦੇ ਬਾਰੇ ਕੀ ਕਹਿਣਾ ਵੀ ਕੁੜੀਆਂ ਪ੍ਰੈਜ਼ੀਡੈਂਟ ਕੈਂਡੀਡੇਟ ਲਈ, ਜਾਂ ਫਿਰ ਤੁਹਾਡੀ ਪਾਰਟੀ ਸਿਰਫ ਕਿਉਂ ਨਹੀਂ ਇੱਦਾਂ ਕਰ ਰਹੀ ਵੀ ਉਹ ਕੁੜੀਆਂ ਨੂੰ ਪ੍ਰੈਜ਼ੀਡੈਂਟ ਕਿਉਂ ਨਹੀਂ ਲਗਾਇਆ ਜਾ ਰਿਹਾ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ ਕਿ ਕੁੜੀਆਂ ਨੂੰ ਅੱਗੇ ਨਹੀਂ ਲਿਆ ਜਾ ਰਿਹਾ, ਜੇ ਕੁੜੀ ਮਤਲਬ ਕੋਈ ਹੋਊਗੀ ਕੰਮ ਕਰ ਰਹੀ ਹੈ, ਤਾਂ ਜੋ ਡਿਜ਼ਰਵਿੰਗ ਤਾਂ ਸਾਡੀ ਪਾਰਟੀ ਪੂਰਾ ਉਹਨੂੰ ਅੱਗੇ ਆ ਕੇ ਪ੍ਰਮੋਟ ਕਰੂਗੀ, ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਰਾਜਕਰਨ ਜੀ, ਜਿੱਦਾਂ ਤੁਸੀਂ ਪਿਛਲੇ ਸਾਲ ਦੇ ਆਪਾਂ ਮੈਨੀਫੈਸਟੋ ਦੀ ਗੱਲ ਕਰਦੇ ਹਾਂ, ਤਾਂ ਉਸ ਮੈਨੀਫੈਸਟੋ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਅਗਰ ਸਟੂਡੈਂਟ ਕੌਂਸਲ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਗਰਲਸ ਦੀ NCC ਨੂੰ ਜ਼ਰੂਰ ਲੈ ਕੇ ਕੰਮ ਕਰਾਂਗੇ, ਜਾਂ ਉਹਨਾਂ ਨੂੰ ਜ਼ਰੂਰ ਇੱਥੇ SD ਕਾਲਜ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਾਂਗੇ। ਕੀ ਤੁਸੀਂ ਉਹ ਕਰਨ ਵਿੱਚ ਕਾਮਯਾਬ ਹੋਏ ਹੋ? ਜਿਹੜੀ NCC ਫੋਰ ਗਰਲਸ, ਇੱਦਾਂ ਹੁੰਦਾ ਕਿ ਘੱਟੋ ਘੱਟ ਨਾ ਤੁਹਾਨੂੰ 40 ਕੁੜੀਆਂ ਮਤਲਬ NCC ਵਾਲੀਆਂ ਚਾਹੀਦੀਆਂ ਹੁੰਦੀਆਂ, ਤਾਂ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਉਹ 40 ਕੁੜੀਆਂ ਮਤਲਬ ਪੂਰੀਆਂ ਨਹੀਂ ਹੋਈਆਂ, ਇਸ ਕਰਕੇ ਸਰ ਪ੍ਰਿੰਸੀਪਲ ਸਰ ਨੇ ਸਾਨੂੰ ਅਲਾਊ ਨਹੀਂ ਕੀਤਾ ਹੈਗਾ ਇਸ ਕੰਮ ਲਈ, ਤਾਂ ਇਸ ਵਾਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ, ਪੂਰੀ ਕੋਸ਼ਿਸ਼ ਈਵਨ ਕਰਾਂਗੇ ਇਸ ਵਾਰ ਅਸੀਂ NCC ਫੋਰ ਗਰਲਸ ਇੱਥੇ ਕਾਲਜ ਲਈ ਗਿਆ। ਅਤੇ ਕਿਹਾ ਜਾਂਦਾ ਵੀ ਜਿਹੜਾ ਆਪਣਾ ਦੂਜੀ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾਂਦਾ ਵੀ ਜਿਹੜਾ SDCU ਨੇ ਆਪਣਾ ਕੰਮਕਾਰ ਪੂਰੀ ਤਰ੍ਹਾਂ ਨਵੇਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਨਹੀਂ ਕੀਤਾ, ਵੀ ਇਸ ਕਰਕੇ ਇਸ ਵਾਰੀ ਸਾਨੂੰ ਮਤਲਬ ਇਸ ਕਰਕੇ ਉਹ ਕਹਿੰਦੇ ਵੀ ਸਾਨੂੰ ਅਤੇ ਮਤਲਬ ਸਟੂਡੈਂਟ ਕੌਂਸਲ ਦੇ ਵਿੱਚ ਲੈ ਕੇ ਆਓ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਉਹ ਉਹਨਾਂ ਦਾ ਇਹ ਵੀ ਕਹਿਣਾ ਕਿ ਤੁਸੀਂ ਸਟੂਡੈਂਟ ਕੌਂਸਲ ਦੇ ਵਿੱਚ ਨਹੀਂ ਬੈਠਦੇ ਸੀ। ਜੀ, ਦੂਜੀਆਂ ਪਾਰਟੀਆਂ ਦੇਖੋ ਕੰਮ ਹੁੰਦਾ ਕਿ ਐਲੀਗੇਸ਼ਨ ਲਗਾਉਣਾ, ਸਾਡਾ ਮੈਨੀਫੈਸਟੋ ਹੈ ਤਾਂ ਸਾਡਾ ਫੇਸਬੁੱਕ ਪੇਜ 'ਤੇ ਵੀ ਪਿਆ ਹੋਇਆ, ਉਹ 'ਚ 9 ਪੁਆਇੰਟ ਸੀਗੇ, ਤੁਸੀਂ ਇਕੱਲਾ ਪੁਆਇੰਟ ਚੈੱਕ ਕਰ ਸਕਦੇ ਹੋ, ਇਕੱਲਾ ਸਾਰਾ ਕੰਮ ਹੋਇਆ। ਤਾਂ ਦੂਜੀ ਪਾਰਟੀਆਂ ਦਾ ਤਾਂ ਜੀ ਕੰਮ ਹੀ ਹੈ ਕਿ ਉਹਨਾਂ ਨੇ ਐਲੀਗੇਸ਼ਨ ਲਾਉਣੇ ਆ, ਤਾਂ ਜੇ ਸਾਰੇ ਕੰਮ ਹੋਏ ਆ ਤਾਂ ਵਾਈ ਨੋਟ ਇਸ ਵਾਰ ਕਿਉਂ ਨਹੀਂ ਸਟੂਡੈਂਟ ਸਾਨੂੰ ਚਾਂਸ ਦੇਣਗੇ? ਅਸੀਂ ਸਟੂਡੈਂਟ ਲਈ ਹਮੇਸ਼ਾ ਖੜ੍ਹੇ ਹਾਂ, ਉਹਨਾਂ ਨੂੰ ਕਦੇ ਵੀ ਲੋੜ ਪਈ ਹੈ ਤਾਂ ਅਸੀਂ ਹਮੇਸ਼ਾ ਉਹਨਾਂ ਦੀ ਹੈਲਪ ਲਈ ਤਿਆਰ ਰਹੇ ਹਾਂ, ਤਾਂ ਅਸੀਂ ਕਿਉਂ ਨਹੀਂ ਚਾਂਸ ਦੇਣਗੇ? ਠੀਕ ਹੈ, ਇਹ ਤਾਂ ਗੱਲ ਤੁਹਾਡੀ ਠੀਕ ਹੈ, ਪਰ ਇੱਥੇ ਗੱਲ ਇੱਕ ਇਹ ਵੀ ਉੱਡਦੀ ਰਹੀ ਹੈ SD ਕਾਲਜ ਦੇ ਵਿੱਚ, ਇੱਕ ਸਵਾਲ ਇਹ ਵੀ ਸੀ ਉੱਡਦਾ ਰਿਹਾ ਹੈਗਾ ਵਾਰ ਵਾਰ, ਭਾਵੇਂ ਉਹ 10 ਸਾਲ ਆਪਾਂ 2016 ਦੀ ਗੱਲ ਕਰ ਲੈਂ ਜਦੋਂ ਸੋਈ ਦੀ ਪਾਰਟੀ ਦਾ ਇੱਥੇ ਸਟੂਡੈਂਟ ਕੌਂਸਲ ਦੇ ਵਿੱਚ ਆਉਂਦੀ ਹੈ, ਕਿ ਓਪਨ ਸਟੇਜ ਦੀ ਇੱਥੇ ਮੰਗ ਹਮੇਸ਼ਾ ਰਹੀ ਹੈ ਵੀ ਇੱਥੇ ਓਪਨ ਸਟੇਜ ਦੀ ਇੱਕ ਜ਼ਰੂਰਤ ਰਹੀ ਹੈ ਸਟੂਡੈਂਟ ਨੂੰ ਜਿਹੜੇ ਥੀਏਟਰ ਕਰਦੇ ਨੇ, ਜਾਂ ਜਿੱਦਾਂ ਹੁਣ ਇਸ ਸਾਲ ਯੂਥ ਫੈਸਟੀਵਲ ਆਇਆ, ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਓਪਨ ਸਟੇਜ ਦੀ। ਕੀ ਤੁਸੀਂ ਇਹ ਆਪਣਾ ਜਿਹੜਾ ਮੈਨੀਫੈਸਟੋ ਹੈ, ਕੀ ਤੁਸੀਂ ਇਸ ਮੈਨੀਫੈਸਟੋ ਦੇ ਵਿੱਚ ਇਹ ਵੀ ਪੁਆਇੰਟ ਰੱਖੋਗੇ? ਜੀ, ਓਪਨ ਏਅਰ ਥੀਏਟਰ ਦਾ ਐਕਚੁਅਲੀ ਇਸ਼ੂ ਹੈ ਜਿਹੜਾ ਕਾਫੀ ਪਹਿਲਾਂ ਤੋਂ ਚੱਲਦਾ ਆ ਰਿਹਾ, ਮਤਲਬ ਇਹ ਤੁਸੀਂ ਕਹਿ ਲਓ ਕਿ ਬਹੁਤ ਹੈਵੀ ਬਜਟ ਵਾਲਾ ਕੰਮ ਹੈ। ਠੀਕ ਹੈ ਜੀ, ਇਹ 'ਚ ਮਤਲਬ ਸਪੇਸ ਵੀ ਕਾਫੀ ਓਪਨ ਚਾਹੀਦੀ ਹੈ, ਤਾਂ ਸੋ ਅਸੀਂ ਆਪਣੇ ਵੱਲੋਂ ਪਹਿਲਾਂ ਵੀ ਇੱਕ ਵਾਰ ਬਹੁਤ ਕੋਸ਼ਿਸ਼ ਕੀਤੀ, ਜਦੋਂ ਸਾਡੀ 2015 ਦੀ ਕੌਂਸਲ ਸੀ, ਜੈਦੀਪ ਸਿੰਘ ਸਾਡੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਵੀ ਮਤਲਬ ਬਹੁਤ ਕੋਸ਼ਿਸ਼ ਕੀਤੀ ਹੈ, ਅਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹ ਚੀਜ਼ ਨੂੰ ਮਤਲਬ ਅਲਾਊ ਨਹੀਂ ਕਰਦੀ ਹੈਗੀ ਹੁਣ ਲਈ, ਬਾਕੀ ਅਸੀਂ ਇਸ ਵਾਰ ਵੀ ਦੇਖਾਂਗੇ ਜੇ ਹੋ ਸਕੇ ਐਡਮਿਨਿਸਟ੍ਰੇਸ਼ਨ ਨੇ ਪਰਮਿਸ਼ਨ ਦਿੱਤੀ ਤਾਂ ਅਸੀਂ ਵੱਧ ਤੋਂ ਵੱਧ ਜ਼ੋਰ ਲਾਵਾਂਗੇ ਆਪਣਾ ਜੀ ਬਣਾ ਸਕੀਏ। ਸੋ ਗੱਲ ਮੈਨੀਫੈਸਟੋ ਦੀ ਹੋ ਰਹੀ ਹੈ, ਕੀ SDCU ਪਾਰਟੀ ਉਹ ਕਿਹੜੀ ਸਟੂਡੈਂਟ ਦੀ ਜਿਹੜੀ ਮੰਗਾਂ ਹੁੰਦੀਆਂ ਨੇ, ਆਵਾਜ਼ ਹੁੰਦੀ ਹੈ, ਤੁਸੀਂ ਉਹ ਕਿਵੇਂ ਕੀ ਰੱਖਦੇ ਹੋ ਵੀ ਆਪਣੇ ਮੈਨੀਫੈਸਟੋ ਦੇ ਵਿੱਚ, ਤੁਸੀਂ ਕੀ ਵੇਖਦੇ ਹੋ ਕਿ ਅਸੀਂ ਇਹ ਪੁਆਇੰਟ ਆਪਣੇ ਮੈਨੀਫੈਸਟੋ ਦੇ ਵਿੱਚ ਰੱਖੀਏ? ਕਿ ਸਾਡਾ ਮੈਨੀਫੈਸਟੋ ਐਕਚੁਅਲੀ ਹੁੰਦਾ ਹੈ, ਉਹਨੂੰ ਅਸੀਂ ਮਾਈ ਮੈਨੀਫੈਸਟੋ ਕਹਿੰਦੇ ਹਾਂ, ਉਹ ਜਿਹੜੇ ਇਲੈਕਸ਼ਨਸ ਤੋਂ ਲਗਾ ਲਓ 10 ਕੁ ਦਿਨ ਪਹਿਲਾਂ ਨਾ ਅਸੀਂ ਸਟੂਡੈਂਟਸ ਦੇ ਵਿਊ ਪੁਆਇੰਟਸ ਨਾਲ ਆਪਣਾ
ਅਤੇ ਰਾਜਕਰਨ ਜੀ ਕਿਹਾ ਜਾਂਦਾ ਵੀ ਜਦੋਂ ਨਵੇਂ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਇੱਥੇ ਕੋਲਜ ਦਾ ਰੰਗ ਢੰਗ ਦਾ ਨਹੀਂ ਪਤਾ ਹੁੰਦਾ, ਜਿੱਦਾਂ ਕਿ ਉਹਨਾਂ ਨੂੰ ਵਿਦਿਆਰਥੀਆਂ ਨੂੰ ਐਡਮਿਸ਼ਨ ਦੇ ਟਾਈਮ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਜਾਂਦਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਨਹੀਂ ਨਹੀਂ ਇੱਦਾਂ ਦੇਖੋ, ਅਸੀਂ ਤਾਂ ਜੀ ਹਮੇਸ਼ਾ ਸਟੂਡੈਂਟ ਲਈ ਹੈਲਪ ਲਈ ਹੁੰਦੇ ਹਾਂ, ਤਾਂ ਜਿੰਨੇ ਵੀ ਨਵੇਂ ਸਟੂਡੈਂਟ ਆਉਂਦੇ ਆ ਐਡਮਿਸ਼ਨ ਲੈਣ ਆਉਂਦੇ ਆ ਅਸੀਂ ਉਹਨਾਂ ਨੂੰ ਪੂਰਾ ਪ੍ਰੋਪਰਲੀ ਗਾਈਡ ਕਰਦੇ ਹਾਂ। ਸੋ ਰਾਜਕਰਨ ਜੀ, ਪਿਛਲੇ ਦਿਨੀ ਅਸੀਂ ਕਿਉਂ ਦੇਖਿਆ ਹੈਗਾ ਤੁਸੀਂ ਹੰਗਰ ਸਟ੍ਰਾਈਕ 'ਤੇ ਬੈਠੇ ਸੀਗੇ ਐਸ ਡੀ ਸੀ ਪਾਰਟੀ, ਕਿ ਅਸਲ ਵਿੱਚ ਉਹ ਮੁੱਦਾ ਹੈ ਕੀ ਸੀਗਾ ਜਿਹਨੂੰ ਤੁਸੀਂ ਲੈ ਕੇ ਐਸ ਡੀ ਕੋਲੇਜ ਦੇ ਵਿੱਚ ਹੰਗਰ ਸਟ੍ਰਾਈਕ 'ਤੇ ਬੈਠੇ ਸੀਗੇ? ਐਕਚੁਅਲੀ ਉਹ ਮੁੱਦਾ ਸੀਗਾ ਕਿ ਕਾਫੀ ਦਿਨ ਤੋਂ, ਈਵਨ ਕਾਲਜ ਲੱਗਣ ਤੋਂ ਪਹਿਲੇ ਦਿਨ ਤੋਂ ਕਾਫੀ ਮਤਲਬ ਆਊਟਸਾਈਡਰ ਕਾਲਜ ਆ ਰਹੇ ਸੀਗੇ, ਆਊਟਸਾਈਡਰ ਦੇ ਆਉਣ ਨਾਲ ਮਤਲਬ ਕਾਲਜ ਦਾ ਕਾਫੀ ਇਨਵਾਇਰਮੈਂਟ, ਕਾਫੀ ਮਾਹੌਲ ਖਰਾਬ ਹੋ ਰਿਹਾ ਸੀਗਾ, ਅਤੇ ਉਹਦੇ ਰਿਗਾਰਡਿੰਗ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਐਪਲੀਕੇਸ਼ਨਸ ਵੀ ਦਿੱਤੀਆਂ ਸੀਗੀਆਂ, ਪਰ ਉਹਨਾਂ ਨੇ ਹੁਣ ਕੋਈ ਸਟੈਪ ਨਹੀਂ ਲਿਆ, ਤਾਂ ਇਸ ਕਰਕੇ ਅਸੀਂ ਸਾਨੂੰ ਹੰਗਰ ਸਟ੍ਰਾਈਕ ਕਰਨੀ ਪਈ। ਅਤੇ ਈਵਨ ਸਾਡੀ ਜਿਹੜੀ ਮਤਲਬ ਓਪੋਨੈਂਟ ਪਾਰਟੀ ਆ ਸਾਡੇ 'ਤੇ ਕੁਛ ਐਲੀਗੇਸ਼ਨ ਲਗਾ ਰਹੀ ਹੈ ਵਿਦਆਊਟ ਪਰੂਫ, ਬਿਨਾਂ ਪਰੂਫ ਤੋਂ ਐਲੀਗੇਸ਼ਨ ਲਗਾਈਆਂ ਜਾ ਰਹੀਆਂ ਕਿ ਇੱਕ ਲੈਂਸਰ ਗੱਡੀ ਖੜੀ ਸੀਗੀ ਬਾਹਰ ਜੀ, ਉਹ ਪਤਾ ਨਹੀਂ ਰਾਤ ਦੀ ਖੜੀ ਸੀ ਕਦੋਂ ਦੀ ਖੜੀ ਸੀ ਸਾਨੂੰ ਇਹਦੇ ਬਾਰੇ ਕੁਛ ਪਤਾ ਨਹੀਂ ਹੈ, ਤਾਂ ਸਵੇਰੇ ਆਏ ਤਾਂ ਦੇਖਿਆ ਉਹਦਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ। ਈਵਨ ਤਾਂ ਦੂਜੀਆਂ ਪਾਰਟੀਆਂ ਸਿੱਧਾ ਸਿੱਧਾ ਕਹਿ ਰਹੇ ਕਿ ਐਸ ਡੀ ਸੀ ਯੂ ਦੇ ਜਿਹੜੇ ਵਰਕਰ ਆ ਉਹਨਾਂ ਦਾ ਕੰਮ ਹੈ, ਤਾਂ ਈਵਨ ਕਾਲਜ ਦੇ ਬਾਹਰ ਕੈਮਰਾਜ਼ ਲੱਗੇ ਹੋਏ ਆ, ਗਾਰਡ ਬੈਠੇ ਹੁੰਦੇ ਆ, ਸਾਰੀ ਵੀਡੀਓ ਰਿਕਾਰਡਿੰਗ ਹੁੰਦੀ ਆ, ਉਹਨਾਂ ਕੋਲ ਇੱਕ ਪਰੂਫ ਤੱਕ ਨਹੀਂ ਹੈਗਾ, ਤਾਂ ਸਾਡੇ 'ਤੇ ਇੱਦਾਂ ਦੀ ਐਲੀਗੇਸ਼ਨ ਲਗਾਈਆਂ ਜਾ ਰਹੀਆਂ। ਅਤੇ ਰਾਜਕਰਨ ਜੀ, ਤੁਸੀਂ ਜਾਂਦੇ ਜਾਂਦੇ ਜਿਹੜੇ ਐਸ ਡੀ ਕੋਲਜ ਦੇ ਸਟੂਡੈਂਟ ਤੁਹਾਨੂੰ ਵੇਖ ਰਹੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਤੁਹਾਡੇ ਨਾਲ ਜੁੜੇ? ਐਸ ਡੀ ਕਾਲਜ ਸਟੂਡੈਂਟ ਨੂੰ ਮੈਂ ਇੱਦਾਂ ਕਹਿਣਾ ਚਾਹੂੰਗਾ ਕਿ ਅਸੀਂ ਐਸ ਡੀ ਸੀ ਓ ਤੋਂ 13 ਸਾਲ ਤੋਂ ਸਾਡੀ ਯੂਨੀਅਨ, ਕਾਲਜ ਦੀ ਯੂਨੀਅਨ ਸਾਰੇ ਸਟੂਡੈਂਟ ਨੂੰ ਸਰਵ ਕਰਦੀ ਆ ਰਹੀ ਹੈ ਅਤੇ ਕਰਦੀ ਰਹੂਗੀ। ਬਾਕੀ ਕਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੈ ਤਾਂ ਅਸੀਂ ਹਮੇਸ਼ਾ ਪੂਰਾ ਡੱਟ ਕੇ ਉਹਨਾਂ ਦਾ ਸਾਥ ਦਿੱਤਾ। ਅਤੇ ਬਾਕੀ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ ਸਟੂਡੈਂਟ ਨੂੰ ਕਿ ਜਿਹੜੇ ਨਵੇਂ ਸਟੂਡੈਂਟ ਆਉਂਦੇ ਨਾ ਫਸਟ ਈਅਰ ਦੇ, ਉਹ ਐਕਚੁਅਲੀ ਇੱਦਾਂ ਗੁੰਮਰਾਹ ਜ਼ਰੂਰ ਹੁੰਦੇ ਆ ਕਿ ਮੇਰਾ ਫਰੈਂਡ ਉੱਧਰ ਹੈ ਤਾਂ ਮੈਂ ਉੱਧਰ ਹੀ ਵੋਟ ਪਾਊਂਗਾ। ਬਾਕੀ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਫਰੈਂਡ ਤੁਹਾਡਾ ਕਦੇ ਗਲਤ ਵੀ ਹੋ ਸਕਦਾ, ਤੁਸੀਂ ਜੋ ਡਿਜ਼ਰਵਿੰਗ ਕੈਂਡੀਡੇਟ ਆ, ਜੋ ਤੁਹਾਨੂੰ ਲੱਗਦਾ ਕਿ ਮਤਲਬ ਜਿਹੜੀ ਪਾਰਟੀ ਨੇ ਅਚੀਵਮੈਂਟਸ ਹੈ, ਆਈਡੀਓਲੋਜੀ, ਸਾਰੀ ਬੈਕਗਰਾਊਂਡ, ਉਹਨੂੰ ਸਾਰਿਆਂ ਨੂੰ ਤੁਸੀਂ ਦੇਖ ਕੇ ਆਪਣਾ ਵੋਟ ਕਾਸਟ ਕਰੋ। ਬਾਕੀ ਇਹੀ ਕਹਿਣਾ ਚਾਹੂੰਗਾ ਕਿ ਵੋਟ ਕਾਸਟ ਜ਼ਰੂਰ ਕਰੋ। ਥੈਂਕ ਯੂ। ਸੋ ਇਹ ਸਨ ਜੀ ਐਸ ਡੀ ਸੀ ਪਾਰਟੀ ਤੋਂ ਰਾਜਕਰਨ ਜੀ। ਸੋ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।